ਮੌਨਸੂਨ ਦੀ ਪਹਿਲੀ ਬਰਸਾਤ ਹਾਲੇ ਕੱਲ੍ਹ ਪਈ ਹੈ ਰਾਤ ਨੂੰ, ਔਰ ਰਾਤੀ 2 ਵਜੇ ਇਹ ਨਾਲਾ ਓਵਰਫਲੋ ਹੋ ਗਿਆ। ਇਹ ਨਾਲੇ ਦੇ ਉਸ ਜਗ੍ਹਾ ਤੋਂ ਕਈ ਜਗ੍ਹਾ ਤੋਂ ਜਿਹਨੂੰ ਕਹਿ ਲਓ ਪਾੜ ਪੈ ਗਿਆ, ਪਾੜ ਪੈਣ ਤੋਂ ਬਾਅਦ ਇਹ ਪਾਣੀ ਇਸ ਝੁੱਗੀਆਂ ਝੋਂਪੜੀਆਂ ਵਾਲੇ ਏਰੀਏ 'ਚ ਆ ਗਿਆ। ਤੁਸੀਂ ਉਹ ਦੇਖੋ ਬਿੰਦੀ ਸਾਹਿਬ, ਝੋਂਪੜੀ ਮੈਂ ਕਹੂੰਗਾ, ਝੁੱਗੀ ਦਿਖਾਓ, ਉਹਦੀ ਛੱਤ ਤੱਕ ਪਾਣੀ ਹੈ। ਸੋਚ ਕੇ ਦੇਖੋ, ਛੱਤ ਤੱਕ ਉਹ ਪਾਣੀ ਟੱਚ ਹੋ ਰਿਹਾ। ਇਹਦਾ ਮਤਲਬ ਹੈ 5 ਤੋਂ 7 ਫੁੱਟ ਪਾਣੀ ਇਸ ਟਾਈਮ ਇੱਥੇ ਮੌਜੂਦ ਹੈ, ਔਰ ਇਹ ਗੰਦੇ ਨਾਲੇ ਦਾ ਪਾਣੀ ਹੈ ਬੇਦੀ ਸਾਹਿਬ। ਬਰਸਾਤਾਂ ਆਈਆਂ, ਕੁਛ ਦਿਨਾਂ ਬਾਅਦ ਬਰਸਾਤਾਂ ਚਲੀਆਂ ਜਾਣਗੀਆਂ, ਫਿਰ ਸਭ ਕੁਝ ਠੰਡਾ। ਜਿਵੇਂ ਉਹ 11 ਲੋਕ ਗੈਸਪੁਰਾ 'ਚ ਮਰ ਗਏ ਨਾ ਬੇਦੀ ਸਾਹਿਬ, ਅੱਜ 3 ਮਹੀਨੇ ਹੋ ਗਿਆ, ਕੁਛ ਬਣਿਆ ਬੇਦੀ ਸਾਹਿਬ? ਕਿਸੇ ਨੇ ਪੁੱਛਿਆ ਬੇਦੀ ਸਾਹਿਬ? ਬਾ ਬੇਦੀ ਸਾਹਿਬ, ਇਹੀ ਲੁਧਿਆਣਾ, ਕੋਈ ਨਹੀਂ ਪੁੱਛਦਾ ਇੱਥੇ ਕਿਸੇ ਨੂੰ, ਹਾਲਾਤ ਬੱਤੋ ਬੱਤਰ ਹੈ। ਇਹ ਪਹਿਲੀ ਬਰਸਾਤ ਹੈ, ਹਾਲੇ ਇੱਕ ਜਗ੍ਹਾ ਤੋਂ ਪਾੜ ਪਿਆ, ਲੇਕਿਨ ਇਹ ਗੰਦਾ ਨਾਲਾ 14 ਕਿਲੋਮੀਟਰ ਦੇ ਏਰੀਏ 'ਚ ਲੁਧਿਆਣਾ ਸ਼ਹਿਰ 'ਚ ਬਹਿੰਦਾ ਬੇਦੀ ਸਾਹਿਬ। ਹਾਲੇ ਪਹਿਲੀ ਬਰਸਾਤ ਇੱਥੇ ਪਾੜ ਪੈ ਗਿਆ ਵਾ, ਕਿਤੋਂ ਬੋਰੀਆਂ ਲਾਉਣੀਆਂ ਪੈ ਰਹੀਆਂ। ਸੋਚ ਕੇ ਦੇਖੋ, ਨਿਊ ਗੁੰਦਨਪੁਰੀ ਵਾਲਾ ਏਰੀਆ, ਹੋਰ ਕਈ ਏਰੀਏ ਨਾਲੇ ਦੇ ਨਾਲ ਨਾਲ ਜਿਹੜੇ ਬਹਿੰਦੇ ਹੈਗੇ ਆ, ਸੋਚੋ ਆਉਣ ਵਾਲੇ ਦਿਨਾਂ 'ਚ ਬਾਰਿਸ਼ਾਂ ਦੇ ਕਰਕੇ ਜੇ ਇਹੋ ਹਾਲ ਰਿਹਾ ਤਾਂ ਫਲੱਡ ਆਉਣ ਦੇ ਸਾਰ ਵੀ ਬਣ ਸਕਦੇ ਆ। ਤੋ ਕਾਰਪੋਰੇਸ਼ਨ ਵਾਲੇ ਵੀ ਲੱਗੇ ਹੋਏ ਨੇ, ਰਾਤ ਦੇ ਲੱਗੇ ਹੋਏ ਨੇ, ਉਹ ਸਾਰਾ ਜਿੱਥੇ ਜਿੱਥੇ ਪਾਣੀ ਲੀਕ ਹੋਇਆ ਸੀ ਉਹ ਪਲੱਗ ਕਰਤਾ ਉਹਨਾਂ ਨੇ। ਇੱਕ ਅੱਧਾ ਕੋਈ ਪੁਆਇੰਟ ਰਹਿ ਗਿਆ ਉਹ ਕਰਦੇ ਪਏ ਨੇ, ਅਤੇ 1.5 ਘੰਟੇ 'ਚ ਉਹਨਾਂ ਨੇ ਅਸ਼ੋਰ ਕਰਤਾ। ਬਾਕੀ ਇੱਥੇ ਜਗ੍ਹਾ ਹੈਗੀ ਹੈ, ਪੂਰੀ ਮੁਹੱਈਆ ਕਰਾਈ ਹੋਈ ਹੈ ਅਸੀਂ ਮੋਤੀ ਨਗਰ ਸਕੂਲ, ਜਿਵੇਂ ਤੁਸੀਂ ਕਿਹਾ, ਅਤੇ ਪਾਣੀ ਦੀ ਅਵੇਲੇਬਿਲਟੀ ਹੈ। ਖਾਣਾ ਕੱਲ੍ਹ ਸ਼ਾਮ ਤੱਕ ਦਾ ਤਾਂ ਅਸੀਂ ਆਲਰੇਡੀ ਟਾਈ ਅਪ ਕਰ ਲਿਆ, ਅੱਗੇ ਤੋਂ ਵੀ ਜਦੋਂ ਤੱਕ ਲੋੜ ਹੈ ਖਾਣਾ ਵੱਲੋਂ ਪਾਣੀ ਵੱਲੋਂ ਕੋਈ ਇਸ਼ੂ ਨਹੀਂ ਹੈ। ਹਾਲੇ ਤਾਂ ਬਰਸਾਤਾਂ ਸ਼ੁਰੂ ਹੀ ਹੋਈਆਂ ਨੇ, ਮੌਨਸੂਨ ਨੇ ਹਾਲੇ ਕਰਵਟ ਲਈ ਹੈ, ਕਰਵਟ ਬਦਲੀ ਹੈ। ਕੁਝ ਹੀ ਦਿਨਾਂ ਦਾ ਹਜੇ ਤਾਂ ਮੀਂਹ ਪਿਆ, ਉਹ ਵੀ ਰੁੱਕ ਰੁੱਕ ਕੇ, ਪਰ ਸਮਾਰਟ ਸਿਟੀ ਲੁਧਿਆਣਾ ਅਤੇ ਉਹ ਸਮਾਰਟ ਸਿਟੀ ਲੁਧਿਆਣੇ ਦਾ ਹਾਲ ਕੀ ਹੋਇਆ ਹੋਇਆ ਮੇਰੇ ਪਿੱਛੇ ਦੇਖ ਸਕਦੇ ਹੋ। 5-5 ਫੁੱਟ ਤੋਂ ਜ਼ਿਆਦਾ ਪਾਣੀ ਕਿਤੇ ਕਿਤੇ ਦਾ ਆ ਕੇ ਖੜ੍ਹਾ ਹੋ ਗਿਆ, ਅਤੇ ਗਰੀਬ ਬੰਦਾ ਕਹਿੰਦੇ ਗਰੀਬ ਮਰਦਾ ਕੀ ਨਹੀਂ ਕਰਦਾ ਅਤੇ ਕੀ ਕੁਝ ਜਰਦਾ। ਝੁੱਗੀਆਂ ਵਾਲੇ ਜਿਹੜੇ ਵਿਚਾਰੇ ਗਰੀਬ ਲੋਕ ਆਪਣੀ ਜ਼ਿੰਦਗੀ ਨਿਰਵਾਹ ਕਰ ਰਹੇ ਆ, ਉਹਨਾਂ ਦੀ ਜ਼ਿੰਦਗੀ ਕਿਸ ਕਦਰ ਔਖੀ ਹੋਈ ਹੋਈ ਹੈ, ਇੰਨਾ ਜ਼ਿਆਦਾ ਪਾਣੀ ਇਕੱਤਰਿਤ ਹੋਇਆ ਹੋਇਆ, ਪਾਣੀ ਇਕੱਠਾ ਹੋਇਆ ਹੋਇਆ। ਇਸ ਮੁੱਦੇ 'ਤੇ ਫਿਰ ਗੱਲਬਾਤ ਕਰਾਂਗੇ ਲੁਧਿਆਣੇ ਸ਼ਹਿਰ ਦੀ ਆਵਾਜ਼ ਕੁਮਾਰ ਗੌਰਵ ਉਰਫ ਸੱਚਾ ਯਾਦਵ। ਸੱਚਾ ਜੀ, ਅੱਜ ਕੀ ਮਾਹੌਲ ਬਣਿਆ ਪਿਆ ਲੁਧਿਆਣੇ ਦਾ? ਬੇਦੀ ਸਾਹਿਬ, ਲੁਧਿਆਣਾ ਸ਼ਹਿਰ, ਬੇਦੀ ਸਾਹਿਬ ਮੈਂ ਹਮੇਸ਼ਾ ਕਹਿ ਚੁੱਕਿਆ ਵਾਂ ਕਿ ਲੁਧਿਆਣਾ ਸ਼ਹਿਰ ਇੱਕ ਐਸਾ ਅਨਪਲੈਨਡ ਸ਼ਹਿਰ ਹੈ ਜਿਹਦੇ ਬਾਰੇ ਗੱਲਾਂ ਸਾਰੇ ਕਰਨਾ ਚਾਹੁੰਦੇ ਹੈ, ਪਰ ਪ੍ਰੈਕਟੀਕਲੀ ਕੰਮ ਕੋਈ ਵੀ ਨਹੀਂ ਕਰਨਾ ਚਾਹੁੰਦਾ। ਸਰਕਾਰਾਂ ਆਉਂਦੀਆਂ ਜਾਂਦੀਆਂ, ਲੇਕਿਨ ਗੱਲਾਂ ਸੁਣਨ ਨੂੰ ਸਿਰਫ ਮਿਲਦੀਆਂ ਵਾ। ਬੇਦੀ ਸਾਹਿਬ, ਮੈਂ ਅੱਗੇ ਵੀ ਕਹਿ ਚੁੱਕਿਆ ਵਾਂ ਕਿ ਦੇਖੋ ਬੇਦੀ ਸਾਹਿਬ, ਉਹ ਕਹਿੰਦੇ ਕਿ ਅਮੀਰੋ ਕੀ ਸ਼ਾਨ ਗਰੀਬੋ ਕੇ ਨਾਮ। ਬੇਦੀ ਸਾਹਿਬ, ਜਦ ਵੀ ਮਰਦਾ ਵੈ ਪਹਿਲਾਂ ਗਰੀਬ ਹੀ ਮਰਦਾ। ਬੇਦੀ ਸਾਹਿਬ, ਅੱਜ ਵੀ ਇਹੀ ਹੋਇਆ। ਬੇਦੀ ਸਾਹਿਬ, ਬੇਦੀ ਸਾਹਿਬ ਅੱਜ ਜਿਸ ਜਗ੍ਹਾ 'ਤੇ ਆਪਾਂ ਮੌਜੂਦ ਹਾਂ, ਬੇਦੀ ਸਾਹਿਬ ਇਹ ਜਗ੍ਹਾ ਤਾਜਪੁਰ ਰੋਡ 'ਤੇ ਬਿਲਕੁਲ ਚੰਦ ਕਦਮਾਂ ਦੀ ਦੂਰੀ ਦੇ ਉੱਤੇ ਤਾਜਪੁਰ ਰੋਡ 'ਤੇ, ਇੱਥੇ ਸੈਂਟਰਲ ਜੇਲ ਹੈ, ਨਾਲ ਹੀ ਬਾਲਾਜੀ ਵਾਲੀ ਪੁਲੀ ਹੈ। ਬੇਦੀ ਸਾਹਿਬ, ਤੁਸੀਂ ਦੇਖ ਸਕਦੇ ਹੋ ਪਿੱਛੇ ਵੱਡੀਆਂ ਵੱਡੀਆਂ ਚਿਮਨੀਆਂ। ਬੇਦੀ ਸਾਹਿਬ, ਇਹ ਸਾਰੀਆਂ ਫੈਕਟਰੀਆਂ, ਡਾਈਂਗਾਂ ਇਸ ਏਰੀਏ ਵਿੱਚ ਪੈਂਦੀਆਂ, ਔਰ ਉਹਦੇ ਬਿਲਕੁਲ ਨਾਲ ਇੱਥੇ STP ਸੀਵਰੇਜ ਟ੍ਰੀਟਮੈਂਟ ਪਲਾਂਟ 225 MLD ਜਿਹੜਾ ਨਵਾਂ ਖੁੱਲ੍ਹਿਆ ਉਹ ਹੈ, ਔਰ CTP ਪਲਾਂਟ ਹੈ ਜਿਹੜਾ ਕਮਰਸ਼ੀਅਲ ਟ੍ਰੀਟਮੈਂਟ ਪਲਾਂਟ ਹੈਗਾ ਵੈ, ਜਿੱਥੇ ਡਾਈਂਗਾਂ ਦਾ ਪਾਣੀ ਜਾਂਦਾ ਵੈ। ਔਰ ਇਹ ਰੋਡ ਆ ਦਿਖਾਉਣਾ ਚਾਹੁੰਦਾ ਕਿ ਇਹ ਰੋਡ ਹੈ ਤਾਜਪੁਰ ਰੋਡ ਦੀ, ਇਹ ਮੇਨ ਰੋਡ ਹੈ, ਔਰ ਮੇਨ ਰੋਡ ਦੇ ਇਸ ਹਿੱਸੇ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਲਗਭਗ ਇੰਨੀਆਂ ਕੁ ਝੁੱਗੀਆਂ ਵੈ। ਆ ਤੁਸੀਂ ਦੇਖੋ, ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਬੇਦੀ ਸਾਹਿਬ, ਉਹ ਦੇਖੋ, ਉਹ ਸਾਹਮਣੇ ਤੁਸੀਂ ਦੇਖੋ ਬੇਦੀ ਸਾਹਿਬ, ਇੱਥੇ ਦੂਰ ਦੂਰ ਤੱਕ ਜਿਸ ਤੁਹਾਡੀ ਨਜ਼ਰ ਜਾਏਗੀ ਝੁੱਗੀਆਂ ਹੀ ਝੁੱਗੀਆਂ, ਔਰ ਇਹਨਾਂ ਝੁੱਗੀਆਂ ਦੇ ਵਿੱਚ ਲਗਭਗ 500-600 ਦੇ ਕਰੀਬ ਬੰਦਾ ਇੱਥੇ ਰਹਿੰਦਾ ਪਿਆ ਸੀ, ਔਰ ਕੋਈ ਹੁਣ ਤੋਂ ਨਹੀਂ ਰਹਿ ਰਿਹਾ ਸੀ ਬੇਦੀ ਸਾਹਿਬ।
ਇਹ 15-15 ਸਾਲ 20-20 ਸਾਲ ਤੋਂ ਇੱਥੇ ਰਹਿ ਰਹੇ ਸੀਗੇ ਲੁਧਿਆਣੇ ਸ਼ਹਿਰ ਦੇ ਵਿੱਚ। ਇਹ ਲੋਕ ਕੋਈ ਰਾਜਸਥਾਨ ਤੋਂ ਆਇਆ, ਕੋਈ ਕਿਤੋਂ ਆਇਆ, ਕੋਈ ਬਿਹਾਰ ਤੋਂ, ਕੋਈ ਯੂਪੀ ਤੋਂ। ਇਹ ਲੋਕ ਆਪਣੀ ਰੋਟੀ ਵਾਸਤੇ, ਪਾਲਣ ਪੋਸ਼ਣ ਆਪਣੇ ਪਰਿਵਾਰ ਵਾਸਤੇ, ਜ਼ਿੰਦਗੀ ਨਿਰਵਾਹ ਕਰਨ ਵਾਸਤੇ ਇੱਥੇ 15-15 ਸਾਲ 20-20 ਸਾਲਾਂ ਤੋਂ ਬੈਠੇ ਹੈ। ਬੇਦੀ ਸਾਹਿਬ ਉਹ ਸਾਹਮਣੇ ਜਾਲੀ ਦੇਖ ਰਹੇ ਹੋ? ਬੇਦੀ ਸਾਹਿਬ ਮੈਂ ਬਾਰ ਬਾਰ ਹਮੇਸ਼ਾ ਕਹਿੰਦਾ ਕਿ ਜਿਹੜਾ ਗੰਦਾ ਨਾਲਾ 14 ਕਿਲੋਮੀਟਰ ਦੀ ਰੇਂਜ ਦੇ ਵਿੱਚ ਲੁਧਿਆਣੇ ਸ਼ਹਿਰ ਵਿੱਚ ਬਹਿੰਦਾ ਵੈ, ਇਹਦਾ ਹੱਲ ਹੋਣਾ ਚਾਹੀਦਾ ਹੈ, ਇਹਦਾ ਹੱਲ ਹੋਣਾ ਚਾਹੀਦਾ। ਬੇਦੀ ਸਾਹਿਬ ਕਹਿ ਗਿਆ ਥੱਕ ਗਏ ਬੇਦੀ ਸਾਹਿਬ, ਲੇਕਿਨ ਜਿਹੜਾ ਆਉਂਦਾ ਵੈ ਗੋਂਗਲੂ ਦੇ ਮਿੱਟੀ ਝਾੜਦਾ, ਇਹਨੂੰ ਸਾਫ਼ ਕਰ ਦਿਆਂਗੇ, ਇਹਨੂੰ ਚਿੱਟਾ ਕਰ ਦਿਆਂਗੇ ਬਾਰ ਬਾਰ, ਲੇਕਿਨ ਇਹਦੇ ਕੰਢੇ ਕਦੀ ਪੱਕੇ ਨਹੀਂ ਹੋਏ। ਬੇਦੀ ਸਾਹਿਬ ਇਹਦੇ ਵਿੱਚੋਂ ਬਰਸਾਤਾਂ ਤੋਂ ਪਹਿਲਾਂ ਉਹ ਵੀ ਥੋੜ੍ਹੀ ਬਹੁਤੀ ਕਿਸੇ ਜਗ੍ਹਾ ਦੇ ਉੱਤੋਂ ਇਸ ਨਾਲੇ ਦੇ ਵਿੱਚੋਂ ਕਰੇਨ ਨਾਲ ਮਿੱਟੀ ਕੱਢ ਦਿੱਤੀ ਜਾਂਦੀ ਹੈ, ਲੇਕਿਨ ਚੱਕੀ ਕਦੀ ਨਹੀਂ ਆਉਂਦੀ। ਬੇਦੀ ਸਾਹਿਬ ਹੁਣ ਵੀ ਦੰਦਰਵਾਲੇ ਦੇ ਆਲੇ ਦੁਆਲੇ ਕਈ ਐਸੇ ਏਰੀਏ ਹੈ, ਮੇਰੇ ਨਾਲ ਚੱਲੋ ਮੈਂ ਤੁਹਾਨੂੰ ਦਿਖਾਉਂਦਾ, ਉਹਦੇ ਨਾਲੇ ਦੇ ਨਾਲ ਨਾਲ ਉਹ ਮਿੱਟੀ ਜਿਹੜੀ ਨਾਲੇ 'ਚੋਂ ਕੱਢੀ ਜਾਂਦੀ ਹੈ ਉੱਥੇ ਰੱਖ ਦਿੱਤੀ ਜਾਂਦੀ ਹੈ, ਔਰ ਜਦੋਂ ਬਰਸਾਤ ਆਉਂਦੀ ਹੈ ਉਹ ਮਿੱਟੀ ਫਿਰ ਨਾਲੇ ਜਾਂਦੀ ਹੈ, ਜਦੋਂ ਨਾਲੇ 'ਚ ਫਿਰ ਚਲੀ ਗਈ ਤਾਂ ਭਲੇ ਮਾਨਸੋ ਕਰਨੂ ਇੰਨਾ ਸਾਡਾ ਕਾਰਪੋਰੇਸ਼ਨ ਉਹ ਕਰੋੜਾਂ ਰੁਪਇਆ ਬਰਬਾਦ ਕਰਦਾ ਕਿਉਂ ਹੈ ਜਦੋਂ ਮਿੱਟੀ ਫਿਰ 'ਚ ਚੱਕਣੀ ਨਹੀਂ ਉੱਥੋਂ? ਚੱਕਣੀ ਬਹੁਤ ਜ਼ਰੂਰੀ ਹੈ, ਜੇ ਮਿੱਟੀ ਚੱਕੋਗੇ ਨਹੀਂ ਉਹ ਮਿੱਟੀ ਦੁਬਾਰਾ ਚਲੀ ਜਾਏਗੀ, ਨਾਲਾ ਤਾਂ ਫਿਰ ਭਰੇ ਦਾ ਭਰਿਆ, ਔਰ ਜਦੋਂ ਭਰਿਆ ਰਹੇਗਾ ਨਾਲਾ ਖਾਲੀ ਨਹੀਂ ਹੋਏਗਾ, ਤਾਂ ਬਰਸਾਤ ਮੌਨਸੂਨ ਦੀ ਪਹਿਲੀ ਬਰਸਾਤ ਨੇ ਨਗਰ ਨਿਗਮ ਦੀ ਪੋਲ ਖੋਲ੍ਹ ਕੇ ਰੱਖਤੀ। ਬੇਦੀ ਸਾਹਿਬ ਸੋਚ ਕੇ ਦੇਖੋ, ਮੌਨਸੂਨ ਦੀ ਪਹਿਲੀ ਬਰਸਾਤ ਹਾਲੇ ਕੱਲ੍ਹ ਪਈ ਹੈ ਰਾਤ ਨੂੰ, ਔਰ ਰਾਤੀ 2 ਵਜੇ ਇਹ ਨਾਲਾ ਓਵਰਫਲੋ ਹੋ ਗਿਆ, ਇਹ ਨਾਲੇ ਦੇ ਉਸ ਜਗ੍ਹਾ ਤੋਂ ਕਈ ਜਗ੍ਹਾ ਤੋਂ ਜਿਹਨੂੰ ਕਹਿ ਲਓ ਪਾੜ ਪੈ ਗਿਆ, ਪਾੜ ਪੈਣ ਤੋਂ ਬਾਅਦ ਇਹ ਪਾਣੀ ਇਸ ਝੁੱਗੀਆਂ ਝੋਂਪੜੀਆਂ ਵਾਲੇ ਏਰੀਏ 'ਚ ਆ ਗਿਆ। ਤੁਸੀਂ ਉਹ ਦੇਖੋ ਬੇਦੀ ਸਾਹਿਬ, ਝੋਂਪੜੀ ਮੈਂ ਕਹੂੰਗਾ ਝੁੱਗੀ ਦਿਖਾਓ, ਉਹਦੀ ਛੱਤ ਤੱਕ ਪਾਣੀ ਹੈ, ਸੋਚ ਕੇ ਦੇਖੋ ਛੱਤ ਤੱਕ ਉਹ ਪਾਣੀ ਟੱਚ ਹੋ ਰਿਹਾ, ਇਹਦਾ ਮਤਲਬ ਹੈ 5 ਤੋਂ 7 ਫੁੱਟ ਪਾਣੀ ਇਸ ਟਾਈਮ ਇੱਥੇ ਮੌਜੂਦ ਹੈ, ਔਰ ਇਹ ਗੰਦੇ ਨਾਲੇ ਦਾ ਪਾਣੀ ਹੈ। ਬੇਦੀ ਸਾਹਿਬ ਇਹ ਛੋਟੇ ਛੋਟੇ ਮਾਸੂਮ ਬੱਚੇ ਹੈ, ਬੇਦੀ ਸਾਹਿਬ ਛੋਟੇ ਛੋਟੇ ਬੇਦੀ ਸਾਹਿਬ ਸਾਲ ਦੇ ਬੱਚੇ ਹੈ। ਬੇਦੀ ਸਾਹਿਬ ਮੈਂ ਹਾਲਾਤ ਬੱਤੋ ਬੱਤਰ ਤੁਹਾਡੇ ਸਾਹਮਣੇ ਦਿਖਾ ਰਿਹਾ, ਲੇਕਿਨ ਉਹਦੇ ਨਾਲ ਨਾਲ ਮੈਂ ਸੁਣਿਆ ਕਿ ਸਵੇਰੇ ਇੱਥੇ DC ਮੈਡਮ ਆਏ ਸੀਗੇ, ਉਹਨਾਂ ਨੇ ਜਾਇਜ਼ਾ ਲਿੱਤਾ। ਬੇਦੀ ਸਾਹਿਬ ਜੇ ਮੈਂ ਹੁਣ ਕੀ ਕਹਾਂ, ਬੇਦੀ ਸਾਹਿਬ ਜਾਇਜ਼ੇ ਹਮੇਸ਼ਾ ਹਰ ਸਾਲ ਹੁੰਦੇ ਹੈਗੇ ਆ, ਲੇਕਿਨ ਪ੍ਰੈਕਟੀਕਲੀ ਜੋ ਕੰਮ ਹੋਣੇ ਚਾਹੀਦੇ ਆ ਉਹ ਕਦੀ ਨਹੀਂ ਹੋਏ, ਲੇਕਿਨ ਹਾਂ DC ਮੈਡਮ ਆਏ, ਇਹਨਾਂ ਨੂੰ ਹੌਸਲਾ ਦਿੱਤਾ। ਉਹਦੇ ਨਾਲ ਨਾਲ ਇੱਥੇ ਨਜ਼ਦੀਕ ਕੋਈ ਸਕੂਲ ਹੈਗਾ ਵੈ, ਇਹਨਾਂ ਵਾਸਤੇ ਇੱਥੇ ਇਹਨਾਂ ਸਾਰੇ ਝੁੱਗੀ ਝੌਂਪੜੀਆਂ ਵਾਲਿਆਂ ਨੂੰ ਕਿਹਾ ਗਿਆ ਕਿ ਤੁਹਾਡੇ ਰਾਤ ਠਹਿਰਨ ਦਾ ਉੱਥੇ ਇੰਤਜ਼ਾਮ ਵੀ ਹੈਗਾ ਵੈ, ਇਹਨਾਂ ਨੂੰ ਦੁਪਹਿਰੇ ਉੱਥੇ ਖਾਣ ਨੂੰ ਸੁਣਿਆ ਵੈ, ਚਾਵਲ, ਕੇਲੇ, ਕੜੀ, ਸਭ ਸਬਜ਼ੀ, ਰੋਟੀ ਇੱਥੇ ਇੰਤਜ਼ਾਮ ਕੀਤਾ ਗਿਆ। ਲੇਕਿਨ ਇਹ ਲੋਕ ਤੁਸੀਂ ਪਿੱਛੇ ਦੇਖੋ, ਆ ਜਿੰਨੇ ਇੱਥੇ ਲੋਕ ਖੜ੍ਹੇ ਹੈ, ਕੁਛ ਲੇਡੀਜ਼ ਖੜੀਆਂ ਵੈ, ਆਦਮੀ ਖੜ੍ਹੇ ਹੈ, ਇਹਨਾਂ ਦਾ ਕਹਿਣਾ ਸਾਹਿਬ ਜੇ ਉੱਥੇ ਅਸੀਂ ਜਾ ਕੇ ਰਹਿਣ ਲੱਗ ਜਾਂਗੇ ਤਾਂ ਸਾਡਾ ਜਿਹੜਾ ਸਮਾਨ ਇੱਥੇ ਪਿਆ ਵੈ, ਸਮਾਨ ਜਿਹੜਾ ਇੱਥੇ ਪਿਆ ਉਹ ਕਿੱਥੇ ਜਾਏਗਾ ਸਾਹਿਬ, ਉਹ ਸਮਾਨ ਕਿੱਥੇ ਜਾਏਗਾ? ਉਹੀ ਕਮਾਈ ਇਹਨੇ ਸਾਲਾਂ ਦੀ, ਮੈਂ ਉਹੀ ਕਹਿ ਰਿਹਾ ਬੇਦੀ ਸਾਹਿਬ ਕਿ ਦੇਖੋ ਜੇ ਇਹਨਾਂ ਦਾ ਸਮਾਨ ਜਿਹੜਾ ਹੈਗਾ ਵੈ, ਜਿਹੜਾ ਸਮਾਨ ਲਈ ਬੈਠੇ ਹੈ, ਜਿਹੜਾ 14-14, 15-15 ਸਾਲ ਤੋਂ ਇੱਥੇ ਬੈਠੇ ਹੈ, ਇਹਨਾਂ ਦਾ ਸਮਾਨ ਹੈਗਾ ਵੈ, ਇਹਨਾਂ ਗਰੀਬਾਂ ਨੇ ਤਾਂ ਉਹੀ ਕੀਮਤੀ ਹੈਗਾ ਵੈ ਨਾ? ਜਾਂ ਤਾਂ ਹੋਵੇ ਨਾ ਕਿ ਪ੍ਰਸ਼ਾਸਨ ਨੇ ਕੁਝ ਸੋਚਿਆ ਹੋਵੇ, ਕੋਈ ਬੰਦੇ ਅਪੁਆਇੰਟ ਕੀਤੇ ਹੋਣ ਕਿ ਇਹਨਾਂ ਦੇ ਸਮਾਨ ਦੀ ਸੇਫਟੀ ਵਾਸਤੇ ਕੁਝ ਕੀਤਾ ਹੋਵੇ, ਜਾਂ ਇਹਨਾਂ ਨੇ ਸਵਾਸ਼ਨ ਦਿੱਤਾ ਹੋਵੇ ਕਿ ਤੁਸੀਂ ਚਿੰਤਾ ਨਾ ਕਰੋ, ਤੁਹਾਡਾ ਸਮਾਨ ਅਸੀਂ ਸੇਫ ਕਰਾਵਾਂਗੇ, ਸੇਫ ਕਰਾਂਗੇ, ਜਾਂ ਪ੍ਰਸ਼ਾਸਨ ਤੁਹਾਡੇ ਲਈ ਇੱਥੇ ਬੈਠਾ ਵੈ। ਬੇਦੀ ਸਾਹਿਬ ਬਰਸਾਤਾਂ ਆਈਆਂ, ਕੁਝ ਦਿਨਾਂ ਬਾਅਦ ਬਰਸਾਤਾਂ ਚਲੀਆਂ ਜਾਣਗੀਆਂ, ਫਿਰ ਸਭ ਕੁਝ ਠੰਡਾ, ਜਿਵੇਂ ਉਹ 11 ਲੋਕ ਗੈਸਪੁਰਾ 'ਚ ਮਰ ਗਏ ਨਾ ਬੇਦੀ ਸਾਹਿਬ, ਅੱਜ 3 ਮਹੀਨੇ ਹੋ ਗਿਆ, ਕੁਛ ਬਣਿਆ ਬੇਦੀ ਸਾਹਿਬ? ਕਿਸੇ ਨੇ ਪੁੱਛਿਆ ਬੇਦੀ ਸਾਹਿਬ? ਬਾ ਬੇਦੀ ਸਾਹਿਬ ਇਹੀ ਲੁਧਿਆਣਾ ਹੈ, ਕੋਈ ਨਹੀਂ ਪੁੱਛਦਾ ਇੱਥੇ ਕਿਸੇ ਨੂੰ, ਹਾਲਾਤ ਬੱਤੋ ਬੱਤਰ ਹੈ। ਲੇਕਿਨ ਬੇਦੀ ਸਾਹਿਬ ਖੁਸ਼ੀ ਇਸ ਗੱਲ ਦੀ ਹੈ ਕਿ DC ਮੈਡਮ ਆਏ, ਇਹਨਾਂ ਦੀ ਪੁੱਛਗਿੱਛ ਕੀਤੀ, ਇਹਨਾਂ ਲਈ ਰੋਟੀ ਦਾ ਇੰਤਜ਼ਾਮ ਕੀਤਾ, ਲੇਕਿਨ ਉਹਦੇ ਨਾਲ ਨਾਲ ਬਹੁਤ ਕੁਛ ਕਰਨ ਦੀ ਜ਼ਰੂਰਤ ਹੈ। ਇਹ ਪਹਿਲੀ ਬਰਸਾਤ ਹੈ, ਹਾਲੇ ਇੱਕ ਜਗ੍ਹਾ ਤੋਂ ਪਾੜ ਪਿਆ, ਲੇਕਿਨ ਇਹ ਗੰਦਾ ਨਾਲਾ 14 ਕਿਲੋਮੀਟਰ ਦੇ ਏਰੀਏ 'ਚ ਲੁਧਿਆਣਾ ਸ਼ਹਿਰ 'ਚ ਬਹਿੰਦਾ ਹੈ ਬੇਦੀ ਸਾਹਿਬ, ਹਾਲੇ ਪਹਿਲੀ ਬਰਸਾਤ ਤੋਂ ਇੱਥੋਂ ਹੀ ਪਾੜ ਪੈ ਗਿਆ ਵੈ, ਕਿਤੋਂ ਬੋਰੀਆਂ ਲਾਉਣੀਆਂ ਪੈ ਰਹੀਆਂ? ਸੋਚ ਕੇ ਦੇਖੋ, ਨਿਊ ਕੁੰਦਨਪੁਰੀ ਵਾਲਾ ਏਰੀਆ, ਹੋਰ ਕਈ ਏਰੀਏ ਨਾਲੇ ਦੇ ਨਾਲ ਨਾਲ ਜਿਹੜੇ ਬਹਿੰਦੇ ਹੈਗੇ ਆ, ਸੋਚੋ ਆਉਣ ਵਾਲੇ ਦਿਨਾਂ 'ਚ ਬਾਰਿਸ਼ਾਂ ਦੇ ਕਰਕੇ
ਜੇ ਇਹੋ ਹਾਲ ਰਿਹਾ ਤਾਂ ਫਲੱਡ ਆਉਣ ਦੇ ਸਾਰ ਵੀ ਬਣ ਸਕਦੇ ਹੈ, ਘਰਾਂ 'ਚ ਪਾਣੀ ਵੀ ਆ ਸਕਦਾ ਵੈ, ਬਹੁਤ ਬੁਰਾ ਹਾਲੇ ਹੋਰ ਮੰਜ਼ਰ ਹੋਏਗਾ, ਹੋਰ ਬਹੁਤ ਨੁਕਸਾਨ ਹੋਏਗਾ। ਇਹ ਤਾਂ ਸਿਰਫ ਮੈਂ ਇਹ ਕਹੂੰਗਾ ਕਿ ਇੱਕ ਚੇਤਾਵਨੀ ਹੈ, ਇੱਕ ਟ੍ਰੇਲਰ ਹੈ, ਇਹ ਤੁਸੀਂ ਦੇਖ ਲਓ। ਅਤੇ ਮੈਂ ਬਾਰ ਬਾਰ ਕਹੂੰਗਾ, ਮੈਂ ਲੋਕਾਂ ਅੱਗੇ ਬੇਨਤੀ ਕਰੂੰਗਾ ਤੁਹਾਡੇ ਚੈਨਲ ਰਾਹੀਂ ਕਿ ਇਹ ਲੋਕ ਇੱਥੇ ਨਜ਼ਦੀਕੀ ਸਕੂਲ 'ਚ ਠਹਿਰੇ ਹੈ, ਮੈਂ ਲੋਕਾਂ ਨੂੰ ਵੀ ਕਹਾਂਗਾ ਕਿ ਗਰੀਬ ਪ੍ਰਵਾਸੀ ਲੋਕ ਹੈ ਇਹ ਲੁਧਿਆਣੇ ਸ਼ਹਿਰ ਦੇ ਵਿੱਚ, ਕਿੰਨੇ ਸਾਲਾਂ ਤੋਂ ਇਨਸਾਨੀਅਤ ਇਹੀ ਕਹਿੰਦੀ ਹੈ ਕਿ ਇੱਕ ਦੂਸਰੇ ਦੀ ਮਦਦ ਕਰੀਏ, ਹੈ ਤਾਂ ਸਾਡੇ ਦੇਸ਼ ਦੇ। ਸੋ ਇਹ ਜਿਹੜੇ ਸਕੂਲ 'ਚ ਰਹਿੰਦੇ ਪਏ ਹੈ ਉੱਥੇ ਇਹਨਾਂ ਲਈ ਇਹਨਾਂ ਨੂੰ ਪੁੱਛਿਆ ਜਾਵੇ, ਅਸੀਂ ਜਾ ਕੇ ਪੁੱਛੀਏ ਇਹਨਾਂ ਨੂੰ ਕੀ ਜ਼ਰੂਰਤ ਹੈ, ਕੀ ਚਾਹੀਦਾ ਵੈ, ਕੀ ਇਹਨਾਂ ਲਈ ਕਰ ਸਕਦੇ ਹੈਗੇ ਆ। ਸੋ ਮੈਂ ਇਹੀ ਕਹੂੰਗਾ ਕਿ ਇਸ ਆਪਦਾ, ਇਹ ਕੁਦਰਤੀ ਆਪਦਾ ਹੀ ਕਹੂੰਗਾ ਮੈਂ ਇਹਨੂੰ, ਇਹ ਹਾਲਾਤ ਜਿਹੜਾ ਨਾਲੇ ਦਾ ਪਾਣੀ। ਸੋ ਮੈਂ ਇਹ ਕਹੂੰਗਾ ਕਿ ਇਹਨਾਂ ਦੀ ਮਦਦ ਕੀਤੀ ਜਾਵੇ, ਲੋਕ ਅੱਗੇ ਆਉਣ, ਲੋਕ ਅੱਗੇ ਆਉਣ, ਲੋਹਾਂ ਲੋਕ ਅੱਗੇ ਆਉਣ। ਮੈਂ ਨਾਲ ਇਹ ਕਹੂੰਗਾ ਉਹਨਾਂ ਦੇ ਨਾਲ ਨਾਲ, ਮੈਂ ਫਿਰ ਇੱਕ ਵਾਰੀ ਬੇਨਤੀ ਕਰੂੰਗਾ ਆਪਣੇ ਪ੍ਰਸ਼ਾਸਨ ਨੂੰ ਕਿ ਜਾਗ ਜਾਓ, ਜਾਗ ਜਾਓ, ਜਾਗ ਜਾਓ, ਹਲੇ ਵੀ ਵਕਤ ਹੈ, ਜਾਗ ਜਾਓ, ਨਹੀਂ ਤਾਂ ਲੋਕ ਜਾਗ ਪਏ ਨਾ ਤਾਂ ਪਤਾ ਨਹੀਂ ਕੀ ਕੀ ਦਿਖਾ ਦੇਣਗੇ। ਸੋ ਗੱਲ ਉਹੀ ਹੈ ਕਿ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੋਕ ਵਿਚਾਰੇ ਔਖੇ ਹੋਏ ਹੋਏ ਨੇ, ਸੜਕਾਂ 'ਤੇ ਆ ਕੇ ਬਹਿਣ ਨੂੰ ਮਜਬੂਰ ਨੇ। ਗੱਲ ਫਿਰ ਉਹੀ ਹੈ ਵੀ 100 ਦੇ ਕਰੀਬ ਝੁੱਗੀਆਂ ਨੇ, 500-600 ਦੇ ਕਰੀਬ ਇੱਥੇ ਜੋ ਲੋਕ ਨੇ ਉਹ ਰਹਿ ਰਹੇ ਹੈ, ਅਤੇ ਵੱਡੇ ਤਾਂ ਫਿਰ ਵੀ ਕਿਸੇ ਤਰ੍ਹਾਂ ਗੁਜ਼ਾਰਾ ਕਰ ਲੈਂਦੇ ਨੇ, ਇੱਧਰ ਉੱਧਰ ਹੋ ਜਾਂਦੇ ਹੈ। ਪਰ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਉਹ ਤੁਹਾਨੂੰ ਦਿਖਾਉਣਾ ਕਿ ਜਦੋਂ ਇੱਕੋਦਮ ਪਾਣੀ ਆਇਆ ਹੋਣਾ ਤਾਂ ਉਸ ਵਕਤ ਜਿਹੜੀਆਂ ਇਹ ਮਾਸੂਮ ਜਾਨਾਂ ਨੇ, ਜਿਹੜੇ ਇਹ ਨੰਨੀਆਂ ਮੁੰਨੀਆਂ ਮਾਸੂਮ ਜਾਨਾਂ ਨੇ, ਜਿਹੜੇ ਆਹ ਛੋਟੇ ਛੋਟੇ ਬੱਚੇ ਆ, ਇਹ ਵਿਚਾਰੇ ਕਿਵੇਂ ਬੱਚੇ ਹੋਣੇ ਆ। ਰੱਬ ਨਾ ਕਰੇ ਜੇ ਇਹ ਛੋਟੇ ਛੋਟੇ ਬੱਚੇ ਬੈਠੇ ਆ, ਜੇ ਕੁਛ ਆਹ ਛੋਟੇ ਬੱਚਿਆਂ ਨੂੰ ਹੋ ਜਾਂਦਾ, ਆਹ ਛੋਟੇ ਬੱਚੇ ਬੈਠੇ ਆ, ਮੇਰਾ ਦਿਲ ਮੇਰਾ ਇੰਨਾ ਹੋ ਰਿਹਾ ਕਿ ਜੇ ਇੱਕੋਦਮ ਤਾਂ ਪਾਣੀ ਆਇਆ, ਜੇ ਇਹ ਨੰਨੀਆਂ ਜਾਨਾਂ ਕੋਈ ਸਾਲ ਕੋਈ 2 ਸਾਲ, ਜੇ ਇਹ ਛੋਟੇ ਬੱਚਿਆਂ ਨੂੰ ਕੁਝ ਹੋ ਜਾਂਦਾ ਤਾਂ ਫਿਰ ਇਹਨਾਂ ਦੀ ਜਾਨ ਦਾ ਜ਼ਿੰਮੇਵਾਰ ਕੌਣ ਹੁੰਦਾ? ਪ੍ਰਸ਼ਾਸਨ ਜਾਂ ਕਿਹੜਾ ਮਹਿਕਮਾ ਇਹ ਛੋਟੇ ਛੋਟੇ ਬੱਚਿਆਂ ਦੀ ਜਾਨ ਦਾ ਜ਼ਿੰਮੇਵਾਰ ਹੁੰਦਾ? ਜਦੋਂ ਪਾਣੀ ਆਉਣ ਕਾਰਨ ਸ਼ਾਇਦ ਇਹਨਾਂ ਦੇ ਬਹੁਤ ਛੋਟੇ ਬੱਚੇ ਨੇ, 5-5, 6-6 ਫੁੱਟ ਦਾ ਪਾਣੀ ਜੇ ਉੱਪਰ ਨੂੰ ਆ ਜਾਂਦਾ ਤਾਂ ਜੇ ਕੋਈ ਬੱਚੇ ਜਾਨ ਚਲੀ ਜਾਂਦੀ ਤਾਂ ਰੱਬ ਨੂੰ ਆਪਾਂ ਲੋਕ ਕੀ ਮੂੰਹ ਦਿਖਾਉਂਦੇ? ਕਿਉਂਕਿ ਜਾਨ ਹੈ ਬੱਚੇ ਦੀ, ਹੈ ਸਭ ਦੀ ਕੀਮਤੀ ਹੈ, ਸਭ ਦੀ ਜ਼ਰੂਰੀ ਹੈ। ਸੋ ਗੱਲ ਫਿਰ ਹੁਣ ਉਹੀ ਹੈ ਕਿ ਪ੍ਰਸ਼ਾਸਨ ਨੂੰ ਜ਼ੋਰ ਲਾਉਣਾ ਚਾਹੀਦਾ, ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਹੋਰ ਕੁਝ ਸੋਚਣਾ ਚਾਹੀਦਾ ਕਿ ਜਿਹੜੇ ਇੰਨੇ ਸਾਲਾਂ ਤੋਂ ਬੱਚੇ ਬੈਠੇ ਆ ਇਹਨਾਂ ਦਾ ਜ਼ਿਆਦਾ ਨੁਕਸਾਨ ਨਾ ਹੋਵੇ। ਫਿਲਹਾਲ ਇਹ ਵੀ ਜਾ ਕੇ ਜਾਇਜ਼ਾ ਲਵਾਂਗੇ ਵੀ ਕਿਹੜੇ ਸਕੂਲ ਦੇ ਵਿੱਚ ਇਹਨਾਂ ਨੂੰ ਠਹਿਰਾਇਆ ਜਾ ਰਿਹਾ, ਤਾਂ ਕਿ ਇਹਨਾਂ ਦੇ ਉੱਥੇ ਰਹਿਣ ਦਾ ਕੀ ਇੰਤਜ਼ਾਮ ਬਣਦਾ ਉਹ ਸਹੀ ਤਰ੍ਹਾਂ ਪਤਾ ਲੱਗ ਸਕੇ, ਅਤੇ ਕਿਤੇ ਨਾ ਕਿਤੇ ਹਰ ਚੀਜ਼ ਦੀ। ਸਾਹਿਬ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ, ਇਹ ਪਰ ਇੱਥੇ ਜਿਹੜੇ ਇੱਥੋਂ ਦੇ ਲੋਕ ਰਹਿਣ ਵਾਲੇ ਆ ਇਹਨਾਂ ਦਾ ਕਹਿਣਾ ਵੈ ਕਿ ਅਸੀਂ ਪ੍ਰਸ਼ਾਸਨ ਅੱਗੇ ਹੱਥ ਜੋੜਦੇ ਹਾਂ, ਸਾਨੂੰ ਚਾਵਲ ਨਹੀਂ ਚਾਹੀਦੇ, ਸਾਨੂੰ 2 ਰੋਟੀਆਂ ਚਾਹੀਦੀਆਂ, ਜੋ ਪੇਟ ਰੋਟੀ ਨਾਲ ਭਰਨਾ ਬੇਦੀ ਸਾਹਿਬ ਉਹ ਚਾਵਲਾਂ ਨਾਲ ਨਹੀਂ ਭਰਦਾ, ਇਹ ਰੋਟੀ ਮੰਗ ਰਹੇ ਬੇਦੀ ਸਾਹਿਬ। ਸੋ ਇਹਨਾਂ ਲਈ ਰੋਟੀ ਦਾ ਇੰਤਜ਼ਾਮ ਕੀਤਾ ਜਾਵੇ ਸਕੂਲ ਦੇ ਵਿੱਚ। ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗਾ ਕਿ ਅੱਜ ਇਸ ਐਮਰਜੈਂਸੀ ਦੇ ਵਿੱਚ ਤੁਸੀਂ ਚਾਵਲ ਇੰਤਜ਼ਾਮ ਕੀਤਾ, ਕੜੀ ਕੀਤਾ, ਲੇਕਿਨ ਇਹ ਕਹਿੰਦੇ ਸਾਨੂੰ ਰੋਟੀ, ਸਾਨੂੰ 2 ਵਕਤ 3 ਟਾਈਮ ਜੋ ਵੀ ਦੇਣਾ ਵੈ, ਸਾਨੂੰ ਰੋਟੀ ਨਾਲ ਕੋਈ ਸਬਜ਼ੀ ਦੇ ਦਿਓ, ਸਾਨੂੰ ਹੋਰ ਤੁਹਾਡੇ ਤੋਂ ਕੁਛ ਨਹੀਂ ਚਾਹੀਦਾ। ਅਸੀਂ ਆਪਣੀ ਲੜਾਈ ਲੜ ਰਹੇ ਹਾਂ, ਲੜਾਈ ਲੜਾਂਗੇ, ਇਹ ਦੇਸ਼ ਸਾਡਾ, ਲੁਧਿਆਣਾ ਸਾਡਾ ਵੈ, ਸੋ ਸਾਡਾ ਫਰਜ਼ ਬਣਦਾ ਵੈ। ਸੋ ਇਹ ਲੋਕ, ਮੈਂ ਬਾਰ ਬਾਰ ਤੁਹਾਡੇ ਅੱਗੇ ਬੇਨਤੀ ਕਰਾਂਗਾ ਕਿ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ, ਤਾਂ ਕਿ ਉਹਨਾਂ ਨੂੰ ਡਾਇਰੀਏ ਵਰਗੀਆਂ ਬਿਮਾਰੀਆਂ, ਕੋਈ ਹੋਰ ਬਿਮਾਰੀਆਂ ਨਾ ਹੋਣ। ਮੇਰੀਆਂ ਭੈਣਾਂ ਨੂੰ, ਲੇਡੀਜ਼ ਨੂੰ ਬੇਨਤੀ ਹੈ, ਆਪਣੇ ਬੱਚਿਆਂ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਨੇ ਇੰਤਜ਼ਾਮ ਕੀਤਾ ਤੁਹਾਡੇ ਲਈ ਸਕੂਲ ਦੇ ਵਿੱਚ, ਤੁਹਾਨੂੰ ਖਾਣ ਪੀਣ ਦਾ ਜੋ ਹੈ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਵੱਧ ਤੋਂ ਵੱਧ ਵਧੀਆ ਕਰਵਾ ਕੇ ਦੇਵਾਂਗੇ ਯਾਰ, ਕਰਵਾ ਕੇ ਦੇਵਾਂਗੇ। ਬਿਲਕੁਲ, ਤੁਸੀਂ ਸਾਥ ਦਿਓ ਔਰ ਉਸ ਜਗ੍ਹਾ ਦੇ ਉੱਤੇ ਆਪਣੇ ਬੱਚਿਆਂ ਨੂੰ ਭੇਜ ਦਿਓ, ਛੋਟੇ ਛੋਟੇ ਬੱਚੇ ਹੈ ਤੁਹਾਡੇ, ਦੇਖੋ ਮਾਸੂਮ ਬੱਚੇ। ਗੱਲ ਇਹ ਹੈ ਕਿ ਜਿਹੜੇ ਛੋਟੇ ਬੱਚੇ ਨੇ, ਮਾਵਾਂ ਨੇ,
ਅਤੇ ਇਹਨਾਂ ਦੀ ਸੁਰੱਖਿਆ ਪਹਿਲਾਂ ਹੈ, ਕਿਉਂਕਿ ਛੋਟੇ ਬੱਚੇ ਬੋਲ ਕੇ ਵੀ ਵਿਚਾਰੇ ਦੱਸ ਨਹੀਂ ਸਕਦੇ ਜੇ ਉਹਨੂੰ ਕੀ ਚਾਹੀਦਾ। ਸੋ ਇਹ ਮਾਵਾਂ ਅਤੇ ਬੱਚਿਆਂ ਦੀ ਜਿਹੜੀ ਸੁਰੱਖਿਆ ਬਣਦੀ ਹੈ, ਇਹਨਾਂ ਦੀ ਜੋ ਜਾਨ ਮਾਲ ਦੀ ਰੱਖਿਆ ਬਣਦੀ ਹੈ, ਇਹ ਸ਼ਾਇਦ ਪ੍ਰਸ਼ਾਸਨ ਦਾ ਪਹਿਲਾ ਕਦਮ ਪ੍ਰਸ਼ਾਸਨ ਦਾ ਇਹ ਹੋਣਾ ਚਾਹੀਦਾ। ਸੋ ਝੁੱਗੀਆਂ ਦੇ ਵਿੱਚ ਪਾਣੀ ਹੋਣ ਕਰਕੇ ਵੀ ਪ੍ਰਸ਼ਾਸਨ ਨੇ ਵੀ ਕਦਮ ਲਏ ਨੇ ਇਹੋ ਜਿਹੇ, ਵੀ ਖਾਣ ਪੀਣ ਦਾ ਖਿਆਲ ਤਾਂ ਰੱਖਿਆ ਹੀ ਜਾ ਰਿਹਾ, ਕੁਝ ਨਾ ਕੁਝ ਕੇਲੇ ਫਰੂਟ ਵਗੈਰਾ ਨਾਲ ਚਾਵਲ ਕੜੀ ਅਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ। ਅਤੇ ਹੋਰ ਸਰਕਾਰੀ ਸਕੂਲ ਦੇ ਵਿੱਚ ਮੋਤੀ ਨਗਰ ਵਿਖੇ ਠਹਿਰਾਉਣ ਦਾ ਵੀ ਰਾਤ ਵਾਸਤੇ ਪ੍ਰਬੰਧ ਹੈ। ਵਧੇਰੀ ਜਾਣਕਾਰੀ ਵਾਸਤੇ ਗੱਲਬਾਤ ਕਰਦੇ ਹਾਂ SGM ਈਸਟ ਗੁਰਬੀਰ ਸਿੰਘ ਘੋਲੀ ਨਾਲ। ਸਿੰਘ ਸਾਹਿਬ, ਪ੍ਰਸ਼ਾਸਨ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ? ਸਤਿ ਸ਼੍ਰੀ ਅਕਾਲ ਜੀ। ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਨੇ ਜੀ। ਸਵੇਰੇ ਰਾਤ ਵੇਲੇ ਥੋੜ੍ਹਾ ਆਈਡੀਆ ਲੱਗਿਆ ਸੀ ਕਿ ਹਲਕਾ ਜਿਹਾ ਪਾਣੀ ਵਧਣ ਕਰਕੇ ਬ੍ਰੀਚ ਹੋ ਗਿਆ, ਤੋ ਕਾਰਪੋਰੇਸ਼ਨ ਵਾਲੇ ਵੀ ਲੱਗੇ ਹੋਏ ਨੇ, ਰਾਤ ਦੇ ਹੀ ਲੱਗੇ ਹੋਏ ਨੇ। ਉਹ ਸਾਰਾ ਜਿੱਥੇ ਜਿੱਥੇ ਪਾਣੀ ਲੀਕ ਹੋਇਆ ਸੀ ਉਹ ਪਲੱਗ ਕਰਤਾ ਉਹਨਾਂ ਨੇ, ਇੱਕ ਅੱਧਾ ਕੋਈ ਪੁਆਇੰਟ ਰਹਿ ਗਿਆ ਉਹ ਕਰਦੇ ਪਏ ਨੇ, ਅਤੇ ਅੱਧੇ ਘੰਟੇ 'ਚ ਉਹਨਾਂ ਨੇ ਅਸ਼ੋਰ ਕਰਤਾ। ਬਾਕੀ ਇੱਥੇ ਜਗ੍ਹਾ ਹੈਗੀ ਹੈ, ਪੂਰੀ ਮੁਹੱਈਆ ਕਰਾਈ ਹੋਈ ਹੈ ਅਸੀਂ ਮੋਤੀ ਨਗਰ ਸਕੂਲ, ਜਿਵੇਂ ਤੁਸੀਂ ਕਿਹਾ, ਅਤੇ ਪਾਣੀ ਦੀ ਅਵੇਲੇਬਿਲਟੀ ਹੈ। ਖਾਣਾ ਕੱਲ੍ਹ ਸ਼ਾਮ ਤੱਕ ਦਾ ਤਾਂ ਅਸੀਂ ਆਲਰੇਡੀ ਟਾਈ ਅਪ ਕਰ ਲਿਆ, ਅੱਗੇ ਤੋਂ ਵੀ ਜਦੋਂ ਤੱਕ ਲੋੜ ਹੈ ਖਾਣਾ ਵੱਲੋਂ ਪਾਣੀ ਵੱਲੋਂ ਕੋਈ ਇਸ਼ੂ ਨਹੀਂ ਹੈ। ਅਸੀਂ ਉਹਨਾਂ ਨੂੰ ਆਗਰਾ ਕੀਤਾ ਸੀਗਾ, ਉਹਨਾਂ ਨੂੰ ਬੇਨਤੀ ਕੀਤੀ ਸੀ ਜਿਹੜੇ ਝੁੱਗੀ 'ਚ ਰਹਿੰਦੇ ਨੇ ਕਿ ਇੱਧਰ ਨੂੰ ਆ ਜਾਓ, ਕਈ ਹੋਰ ਕਾਰਨਾਂ ਕਰਕੇ ਉਹ ਇੱਧਰ ਆਉਣਾ ਨਹੀਂ ਚਾਹੁੰਦੇ। ਸਵੇਰੇ ਲੈ ਆਏ ਸੀਗੇ ਪਰ ਉਹ ਫਿਰ ਚਲੇ ਗਏ। ਸਿੰਘ ਸਾਹਿਬ, ਕਿਤੇ ਡਰ ਰਹੇ ਵੀ ਸਾਡੇ ਪਿੱਛੇ ਸਮਾਨ ਦੀ ਰਾਖੀ ਕੌਣ ਕਰੂਗਾ, ਅਤੇ ਪ੍ਰਸ਼ਾਸਨ ਵੱਲੋਂ ਕੋਈ ਇੱਕ ਦੋ ਕਾਂਸਟੇਬਲਸ ਡਿਪਿਊਟ ਨਹੀਂ ਕੀਤੇ ਗਏ? ਉੱਥੇ ਨਾਲ ਹੀ ਚੌਂਕੀ ਹੈ ਜੀ, ਅਸੀਂ ਉਹਨਾਂ ਨੂੰ ਸਾਰਾ ਅਸ਼ੋਰ ਕੀਤਾ, ਅਸੀਂ CP ਸਾਹਿਬ ਦੇ ਧਿਆਨ 'ਚ ਵੀ ਲਿਆਂਦਾ ਹੋਇਆ ਜੀ, ਉਹਨਾਂ ਨੇ ਵੀ ਅਸ਼ੋਰੈਂਸ ਦਿੱਤੀ ਹੋਈ ਹੈ ਇਹੋ ਜਿਹੀ ਕੋਈ ਦਿੱਕਤ ਨਹੀਂ ਹੈ, ਕੋਈ ਉਹਨਾਂ ਦਾ ਸਮਾਨ ਨਹੀਂ ਛੇੜੇਗਾ, ਕੋਈ ਉਹਨਾਂ ਨੂੰ ਇਹ ਹੈ ਕਿ ਸ਼ਾਇਦ ਝੁੱਗੀਆਂ ਨਾ ਢਾ ਦੇਣ, ਕੋਈ ਉਹਨਾਂ ਦੀ ਝੁੱਗੀਆਂ ਨਹੀਂ ਢਾਏਗਾ। ਉਹਨਾਂ ਨੂੰ ਫਿਰ ਵੀ ਮੈਂ ਇਹ ਜੇ ਇਹ ਚੈਨਲ ਥਰੂ ਵੀ ਜੇ ਕੋਈ ਉਹਨਾਂ ਨੂੰ ਸਮਝਾ ਸਕੇ, ਮੈਂ ਬੇਨਤੀ ਕਰਦਾ ਕਿ ਇੱਧਰ ਆ ਜਾਣ, ਉਹਨਾਂ ਦਾ ਸਮਾਨ ਦੀ ਰਖਵਾਲੀ, ਉਹਨਾਂ ਦਾ ਕੋਈ ਕਿਸੇ ਵੀ ਚੀਜ਼ ਦੀ ਉਹਨਾਂ ਨੂੰ ਦਿੱਕਤ ਨਹੀਂ ਆਏਗੀ। ਦੇਖੋ ਸਿੰਘ ਸਾਹਿਬ, 1 ਸਾਲ ਦੇ 2 ਸਾਲ ਦੇ ਛੋਟੇ ਛੋਟੇ ਜਿਹੜੇ ਗੋਦੀ ਵਾਲੇ ਬੱਚੇ ਨੇ, ਉਹ ਵੀ ਉੱਥੇ ਹੈਗੇ ਨੇ, ਉਹਨਾਂ ਵਾਸਤੇ ਕੁਝ ਪੁਖਤਾ ਪ੍ਰਬੰਧ ਹੋਣ? ਅਸੀਂ ਉੱਥੇ ਨਾ ਜੀ ਸਾਰੇ ਪ੍ਰਬੰਧ ਉੱਥੇ ਵੀ ਕਰਾਤੇ ਨੇ। ਸਵੇਰੇ 1-2 ਜਣਿਆਂ ਨੇ ਥੋੜ੍ਹਾ ਕੀਤਾ ਸੀ ਕਿ ਸਾਨੂੰ ਹਲਕੀ ਫੁਲਕੀ ਕੋਈ ਇੰਜਰੀ ਹੈ ਜਾਂ ਕੁਛ ਵੀ ਹੈ, ਉਹ ਸਿਵਲ ਸਰਜਨ ਉਹਨਾਂ ਦੇ ਧਿਆਨ 'ਚ ਲਿਆਤਾ ਸੀ, ਉਹਨਾਂ ਨੇ ਟੀਮਾਂ ਭੇਜੀਆਂ, ਉੱਥੇ SMO ਆਪ ਆਏ ਨੇ, ਉਹ ਹੁਣ ਵੀ ਸਟੇਸ਼ਨ ਨੇ, ਐਵਰੀਥਿੰਗ ਇਜ਼ ਦੇਅਰ, ਕੋਈ ਐਸੀ ਗੱਲ ਨਹੀਂ ਜੀ। ਨਾਲ ਹੀ ਚੌਂਕੀ ਹੈ, ਚੌਂਕੀ ਦੇ ਜਿਹੜੇ ਇੰਚਾਰਜ ਨੇ ਉਹ ਬੜੇ ਸਿਆਣੇ ਲੱਗੇ, ਉਹ ਆਪ ਵੀ ਬੜੇ ਹੈਲਪਫੁਲ ਲੱਗੇ, ਅਤੇ ਉਹ ਉਹਨਾਂ ਦਾ ਇਸ ਵਕਤ ਵੀ ਖਿਆਲ ਕਰ ਰਹੇ ਨੇ, ਤੋ ਕੋਈ ਇਹੋ ਜਿਹੀ ਦਿੱਕਤ ਨਹੀਂ ਆਏਗੀ। ਬਾਕੀ ਸਾਡੇ ਤਹਿਸੀਲਦਾਰ ਸਾਹਿਬ ਅਤੇ ਸਾਰੇ ਅਸੀਂ ਔਨ ਫੁੱਟਿੰਗ ਹਾਂ, ਅਤੇ ਰਾਤ ਵੇਲੇ ਵੀ ਅਸੀਂ ਦੌਰਾ ਰੱਖਾਂਗੇ, ਜੇ ਇਹੋ ਜਿਹੀ ਕੋਈ ਚੀਜ਼ ਆਉਂਦੀ ਹੈ ਤਾਂ ਅਸੀਂ ਉਹਨੂੰ ਇਮੀਡੀਏਟਲੀ ਐਡਰੈਸ ਕਰਾਂਗੇ। ਠੀਕ ਹੈ ਜੀ। ਸੋ ਫਿਲਹਾਲ ਉੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਾਣੀ ਦੇ ਵਧਣ ਨਾਲ, ਪਰ ਪ੍ਰਸ਼ਾਸਨ ਦੀ ਵੀ ਇੱਥੇ ਸ਼ਾਬਾਸ਼ ਤਾਂ ਬਣਦੀ ਹੈ ਵੀ ਉਹਨਾਂ ਨੇ ਸਮੇਂ ਰਹਿੰਦਿਆਂ ਜੋ ਜੋ ਉਪਰਾਲੇ ਕੀਤੇ ਹੈ, ਇੱਕ ਸ਼ੈਲਟਰ ਵਾਸਤੇ ਰਾਤ ਠਹਿਰਾਉਣ ਵਾਸਤੇ ਸਕੂਲ ਦੇ ਵਿੱਚ ਜਗ੍ਹਾ ਅਵੇਲੇਬਲ ਕਰਵਾਈ ਹੈ, ਅਤੇ ਕੱਲ੍ਹ ਸ਼ਾਮ ਤੱਕ ਦਾ ਜੋ SGM ਸਾਹਿਬ ਕਹਿ ਰਿਹਾ ਕਿ ਖਾਣ ਪੀਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਸੋ ਫਿਲਹਾਲ ਇਹ ਕੁਦਰਤੀ ਆਪਦਾ ਹੈ, ਚਲੋ ਪਾਣੀ ਆ ਗਿਆ, ਪਰ ਉਸਦੇ ਨਾਲ ਨਾਲ ਜੋ ਪ੍ਰਸ਼ਾਸਨ ਵੱਲੋਂ ਬਣਦੀ ਆਪਣੀ ਜ਼ਿੰਮੇਵਾਰੀ ਹੈ ਉਹ ਨਿਭਾਈ ਜਾ ਰਹੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਉੱਥੇ ਦੇ ਰਹਿਣ ਵਾਲੇ ਨਿਵਾਸੀਆਂ ਨੂੰ ਹੋਰ ਜ਼ਿਆਦਾ ਨਾ ਆਵੇ। ਸੋ ਹੁਣ ਬਰਸਾਤ ਦੇ ਪਾਣੀ ਤੋਂ ਜੇ ਤਾਜਪੁਰ ਰੋਡ 'ਤੇ ਝੁੱਗੀਆਂ ਵਾਲੇ ਪੀੜਤ ਹੋਏ ਨੇ, ਉਹਨਾਂ ਵਾਸਤੇ ਇੱਥੇ ਰਾਤ ਵਾਸਤੇ ਢੁੱਕਵਾਂ ਲੰਗਰ ਪ੍ਰਸ਼ਾਦੇ ਦੀ ਵਿਵਸਥਾ ਵੀ ਕੀਤੀ ਗਈ ਹੈ। ਦੇਖ ਸਕਦੇ ਹੋ ਕਿ ਗੱਡੀ ਆ ਗਈ ਹੈ ਅਤੇ ਸਬਜ਼ੀ ਰੋਟੀ ਵਗੈਰਾ ਆ ਗਈਆਂ ਨੇ। ਗੱਲਬਾਤ ਸੱਚਾ ਯਾਦਵ ਜੀ, ਖਾਣਾ ਵੀ ਰਾਤ ਵਾਸਤੇ ਆ ਗਿਆ, ਹੁਣ ਸ਼੍ਰੇ ਕਿਹਨੂੰ ਜਾਂਦਾ? ਦੇਖੋ ਬੇਦੀ ਸਾਹਿਬ, ਮੈਂ ਦੇਖੋ ਫਿਰ ਕਹੂੰਗਾ, ਇਹ ਰਲਿਆ ਮਿਲਿਆ, ਇਹ ਰਲਿਆ ਮਿਲਿਆ ਕੁਛ ਸਰਕਾਰ ਨੂੰ ਕੁਛ ਆਵਾਮ ਨੂੰ। ਮੈਂ ਬਾਰ ਬਾਰ ਕਹੂੰਗਾ, ਰਾਧਾ ਸਵਾਮੀ ਸਤਸੰਗ ਡੇਰੇ ਜਿੰਨੇ ਵੀ ਹੈਗੇ ਆ ਲੁਧਿਆਣੇ ਦੇ ਵਿੱਚ, ਮੈਂ ਉਹਨਾਂ ਦਾ ਦਿਨਾਂ ਨਹੀਂ ਚੁਕਾ ਸਕਦਾ, ਸਲਾਮ ਕਰਦਾ, ਕਿਉਂਕਿ ਪੰਜਾਬ ਦੇ ਵਿੱਚ ਖਾਸ ਕਰ ਜੋ ਜਦੋਂ ਕੋਈ ਵਿਪਦਾ ਆਈ ਹੈ, ਆਪਦਾ ਆਈ ਹੈ, ਸਭ ਤੋਂ ਪਹਿਲੇ ਚੱਟਾਨ ਦੀ ਤਰ੍ਹਾਂ ਇਹ ਸੰਸਥਾ ਖੜੀ ਹੋਈ ਹੈ। ਸੋ ਪਤਾ ਚੱਲਦਾ, ਅੱਜ ਵੀ ਤੁਸੀਂ ਦੇਖੋ ਆਹ ਹੁਣੇ ਅਸੀਂ ਸਰਕਾਰੀ ਸਕੂਲ ਮੋਤੀ ਨਗਰ 'ਚ ਪਹੁੰਚੇ ਹਾਂ, ਜਿੱਥੇ ਐਸੀ ਜਗ੍ਹਾ ਦੇ ਉੱਤੇ ਜਿੱਥੇ ਪਾਣੀ ਆਇਆ ਤਾਜਪੁਰ ਰੋਡ 'ਤੇ ਉਹਨਾਂ ਝੁੱਗੀ ਵਾਲੇ ਗਰੀਬ ਲੋਕਾਂ ਵਾਸਤੇ, 500 ਬੰਦੇ ਵਾਸਤੇ ਇੱਥੇ ਆ ਤੁਸੀਂ ਦੇਖੋ ਪ੍ਰਸ਼ਾਦੇ ਆਏ ਹੈ, ਸਬਜ਼ੀ ਆਈ ਹੈ, ਰਾਧਾ ਸਵਾਮੀ ਸਤਸੰਗ ਡੇਰੇ ਤੋਂ ਬਣ ਕੇ ਆਈ ਹੈ। ਸੋ ਆਹ ਦੇਖੋ,
ਮਿਕਸ ਵੈਜੀਟੇਬਲ ਹੈ, ਆਲੂ ਸ਼ਿਮਲਾ ਮਿਰਚ ਵਗੈਰਾ ਸਬਜ਼ੀ ਹੈਗੀ ਹੈ ਇਹਦੇ ਵਿੱਚ, ਅਤੇ ਆਹ ਨਾਲ ਪ੍ਰਸ਼ਾਦੇ ਆਏ ਹੈ। ਸੋ ਇਹ ਬਹੁਤ ਸਾਰਾ ਇੱਥੇ ਇੰਤਜ਼ਾਮ, ਸਾਰੇ ਸਬਜ਼ੀ ਹੈ, ਸਾਰੇ ਸਬਜ਼ੀ ਹੈ ਇਹਦੇ ਵਿੱਚ, ਆਹ ਦੇਖੋ ਸਾਰੀ ਸਬਜ਼ੀ ਹੈ ਇਹਦੇ ਵਿੱਚ, ਅਤੇ ਸਬਜ਼ੀ ਉਹਨਾਂ ਵਾਸਤੇ ਬਣ ਕੇ ਆਈ ਹੈ, ਬਿਲਕੁਲ ਗਰਮ ਹੈ, ਤਾਜ਼ੀ ਹੈ। ਔਰ ਸੋ ਉਹਦੇ ਨਾਲ ਨਾਲ ਸਵੇਰੇ ਨਾਸ਼ਤੇ ਵਾਸਤੇ ਇਸੇ ਮੋ ਸਰਕਾਰੀ ਸਕੂਲ ਮੋਤੀ ਨਗਰ ਜਿਹੜਾ ਬਣਿਆ ਹੋਇਆ ਵਾ, ਇੱਥੇ ਬੰਦ ਚਾਹ ਵਗੈਰਾ ਦਾ ਇੰਤਜ਼ਾਮ ਵੀ ਕੀਤਾ ਹੋਇਆ ਵਾ, ਫੂਡ ਸਪਲਾਈ ਤੋਂ ਇੱਥੇ ਅਫਸਰ ਵੀ ਬੈਠੇ ਹੋਏ ਹੈਗੇ ਆ। ਲੇਕਿਨ ਲੋਕ ਜਿਹੜੇ ਉੱਥੇ ਝੋਂਪੜੀ ਵਾਲੇ ਲੋਕ ਹੈ, ਉਹ ਸਮਝਣ ਨੂੰ ਤਿਆਰ ਨਹੀਂ ਹੈ। ਜਦੋਂ ਉਹਨਾਂ ਨੂੰ ਕਿਹਾ ਗਿਆ ਵਾਰ ਵਾਰ ਕਿ ਤੁਸੀਂ ਉੱਥੋਂ ਰੋਟੀ ਖਾ ਕੇ ਦੁਪਹਿਰੇ ਵਾਪਸ ਕਿਉਂ ਪਰ ਇੱਥੇ ਆ ਗਏ, ਕਹਿੰਦੇ ਸਾਹਿਬ ਸਾਡਾ ਸਮਾਨ ਸਾਡੇ ਗਰੀਬਾਂ ਕੋਲ ਤਾਂ ਇਹੀ ਹੈ। ਦੇਖੋ ਵੀ ਸ਼ਾਇਦ ਆਪਣੀ ਜਗ੍ਹਾ ਸਹੀ ਹੈ, ਕਿਉਂਕਿ ਜੇ ਸਾਡਾ ਵੀ ਚਾਹੇ ਮਕਾਨ ਜਿਹੋ ਜਿਹਾ ਮਰਜ਼ੀ ਹੋਵੇ ਟੁੱਟਿਆ ਹੋਵੇ ਫੁੱਟਿਆ ਹੋਵੇ, ਚਿੰਤਾ ਤਾਂ ਹੁੰਦੀ ਮਕਾਨ ਦੀ, ਝੁਗੀ ਕਿਤੇ ਸਰਕਾਰ ਚੱਕਣਾ ਦੇਵੇ, ਮੇਬੀ ਹੋ ਸਕਦਾ, ਬੜਾ ਕੁਛ ਬੜੇ ਕੁਸ਼ਚਨ ਹੁੰਦੇ ਆ। ਲੇਕਿਨ ਸਰਕਾਰ ਨੇ ਕੋਸ਼ਿਸ਼ ਕੀਤੀ ਹੈ, ਚਾਹੇ ਬੰਦ ਕਿਸੇ ਕੋਲੋਂ ਇੰਤਜ਼ਾਮ ਕਰਕੇ ਦਿੱਤੇ, ਆਹ ਲੰਗਰ ਦਾ ਇੰਤਜ਼ਾਮ ਰਾਧਾ ਸਵਾਮੀ ਸਤਸੰਗ ਭਵਨ ਤੋਂ ਕਰਕੇ ਦਿੱਤਾ ਵਾ। ਸੋ ਰਲੀ ਮਿਲੀ ਕੋਸ਼ਿਸ਼ ਹੈ, ਇਹ ਹੋਣੀ ਚਾਹੀਦੀ, ਐਫਰਟ ਕਰਕੇ ਦਿੱਤਾ, ਕੁਛ ਤਾਂ ਸਮਝਿਆ। ਹਾਂ, ਉਹਦੇ ਨਾਲ ਨਾਲ ਮੈਂ ਚਾਹੂੰਗਾ ਕਿ ਸਰਕਾਰ ਕਿਸੇ ਤਰੀਕੇ ਉਹਨਾਂ ਝੁੱਗੀ ਝੋਂਪੜੀਆਂ ਨੂੰ ਮਨਾਵੇ, ਸਮਝਾਵੇ, ਇਸ ਜਗ੍ਹਾ ਦੇ ਉੱਤੇ ਲੈ ਕੇ ਆਵੇ, ਕਿਉਂਕਿ ਔਰ ਜਗ੍ਹਾ 'ਤੇ ਲੈ ਕੇ ਆਵੇ, ਇੱਥੇ ਕਲਾਸਰੂਮ ਬਣੇ ਹੋਏ ਆ, ਉੱਥੇ ਬੈਂਚੀ ਦੇ ਪਏ, ਕੋਈ ਬਿਸਤਰੇ ਵਗੈਰਾ ਰਾਤ ਨੂੰ ਸੌਣ ਲਈ ਉਹਨਾਂ ਨੂੰ ਲੱਗੇ ਨਹੀਂ ਹੋਏ, ਬਿਸਤਰੇ ਦਾ ਵੀ ਇੰਤਜ਼ਾਮ ਕੀਤਾ ਜਾਵੇ, ਉਹਨਾਂ ਲਈ ਸੋਚਿਆ ਜਾਵੇ। ਉਹਦੇ ਨਾਲ ਨਾਲ ਮੈਂ ਫਿਰ ਵਾਰ ਵਾਰ ਕਹੂੰਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਜਿਹੇ ਹਾਸਤੇ ਹੋਰ ਨਾ ਹੋਣ। ਹਾਲੇ ਤਾਂ ਮੌਨਸੂਨ ਦੀ ਪਹਿਲੀ ਵਾਰੀ ਸੀਗੀ, 14 ਕਿਲੋਮੀਟਰ ਦਾ ਇਹ ਗੰਦਾ ਨਾਲਾ ਲੁਧਿਆਣੇ ਸ਼ਹਿਰ 'ਚ ਬੰਦਾ, ਅੱਜ ਇੱਕ ਜਗ੍ਹਾ ਤੋਂ ਪਾੜ ਪਿਆ, ਤਾਂ ਆਹ ਆਲਮ ਹੈ, ਹਾਲੇ ਅੱਗੇ ਅੱਗੇ ਦੇਖੋ ਕੀ ਹੋ ਸਕਦਾ ਵੈ। ਸੋ ਉਹਨੂੰ ਰੋਕਿਆ ਜਾਵੇ, ਪ੍ਰਸ਼ਾਸਨ ਉਸ ਤੋਂ ਉਹਦੇ ਵਾਸਤੇ ਪੁਖਤਾ ਅਤੇ ਕੜੇ ਇੰਤਜ਼ਾਮ ਕਰਨ ਔਰ ਲੋਕ ਜਾਗਦੇ ਰਹਿਣ। ਧੰਨਵਾਦ। ਸੋ ਇਹ ਸਰਕਾਰੀ ਸਕੂਲ ਦੇ ਆਪਾਂ ਬਿਲਡਿੰਗ ਦੇ ਪ੍ਰੀਮਿਸਿਸ 'ਚ ਆ ਗਏ ਹਾਂ, ਅਤੇ ਇਹ ਉਹ ਕਮਰੇ ਆ ਜੀ ਜਿੱਥੇ ਹੁਣ ਠਹਿਰਾਉਣ ਵਾਸਤੇ ਜਿਹੜੇ ਪੀੜਿਤ ਹੋਏ ਨੇ ਪਾਣੀ ਤੋਂ ਆਪਣੇ ਝੁੱਗੀਆਂ ਵਾਲੇ, ਅਤੇ ਉਹਨਾਂ ਵਾਸਤੇ ਲੋਕਾਂ ਵਾਸਤੇ ਇੱਥੇ ਪ੍ਰਬੰਧ ਕੀਤੇ ਗਏ ਨੇ ਵੀ ਰਾਤ ਕੱਟਣ ਵਾਸਤੇ ਜੇ ਇੱਥੇ ਰਹਿ ਸਕਣ, ਅਤੇ ਖਾਣ ਪੀਣ ਵਾਸਤੇ ਤੁਹਾਨੂੰ ਜਿਵੇਂ ਦੱਸ ਕੇ ਹਟੇ ਹਾਂ ਕਿ ਪ੍ਰਸ਼ਾਦਾ ਸਬਜ਼ੀ ਲੰਗਰ ਪਾਣੀ ਵਗੈਰਾ ਰੋਟੀ ਸਬਜ਼ੀ ਆ ਗਈ ਹੈ, ਅਤੇ ਕਿਤੇ ਨਾ ਕਿਤੇ ਸਕੂਲ ਦੇ ਆਪਾਂ ਕੰਟੀਨ ਦੇਖਦੇ, ਕਿਚਨ ਦੇਖਦੇ ਹਾਂ, ਇਹਦੇ ਵਿੱਚ ਵੀ ਸਮਾਨ ਵਗੈਰਾ ਪਿਆ ਹੋਇਆ, ਅਤੇ ਇੱਥੇ ਕਿਚਨ ਨੂੰ ਜਿਹੜੇ ਸਾਂਭਦੇ ਨੇ ਉਹ ਇੱਥੇ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਹਾਂਜੀ, ਨਮਸਤੇ ਜੀ, ਆਪਕਾ ਨਾਮ? ਰਾਣੀ। ਰਾਣੀ ਜੀ, ਅਭੀ ਇਹ ਕਿਆ ਕਿਆ ਆਇਆ ਆਪਕੇ ਪਾਸ ਸਮਾਨ? ਬਿਸਕੁਟ ਹੈ, ਬਰੇਡ ਹੈ। ਠੀਕ ਹੈ, ਬਿਸਕੁਟ ਹੈ ਔਰ ਬੰਦ ਵਗੈਰਾ ਹੈ। ਇਹ ਆਪਣੇ ਜੋ ਆਪਣੇ ਲੋਕ ਆਏਗੇ ਰਾਤ ਨੂੰ ਹੈ ਨਹੀਂ ਕਿ ਸਵੇਰ ਉਨਕੋ ਚਾਹ ਕੇ ਸਾਥ ਦੇਣੇ ਕੇ ਲਈ ਹੈ, ਚਾਹ ਬਣੇ ਸਾਥ ਦੇਣੇ। ਠੀਕ ਹੈ, ਸੋ ਬੜੇ ਵਧੀਆ ਪੁਖਤਾ ਇੰਤਜ਼ਾਮ ਦੇਖਣ ਨੂੰ ਮਿਲ ਰਹੇ ਆ। ਆਹ ਦੇਖ ਪਾ ਰਹੇ ਹੋ ਜੀ ਕਿ ਬਿਸਕੁਟ ਵਗੈਰਾ ਡੱਬੇ ਇੱਥੇ ਆਏ ਹੋਏ ਨੇ ਬਿਸਕੁਟ ਦੇ, ਅਤੇ ਅੱਛੇ ਵਧੀਆ ਬਿਸਕੁਟ ਆਏ ਹੋਏ ਨੇ, ਅਤੇ ਆਹ ਵਧੀਆ ਜਿਹੜੇ ਬੰਦ ਹੁੰਦੇ ਨੇ ਤਾਜ਼ੇ, ਅਤੇ ਬੰਦ ਵਗੈਰਾ ਵੀ ਚਾਹ ਪਾਣੀ ਨਾਲ ਨਾਸ਼ਤੇ ਵਿੱਚ ਲੈਣ ਵਾਸਤੇ ਆਏ ਹੋਏ ਆ। ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਆਪਣਾ ਰੋਲ ਪਲੇ ਕਰ ਰਿਹਾ, ਅਤੇ ਵਧੀਆ ਫਿਲਟਰ ਵਾਲਾ ਪਾਣੀ ਇੱਥੇ ਅਵੇਲੇਬਲ ਹੈ, ਅਤੇ ਸਾਰਾ ਕੁਛ ਇੱਥੇ ਗੈਸ ਵਗੈਰਾ ਲੱਗੀ ਹੋਈ ਹੈ। ਸੋ ਕਿਤੇ ਨਾ ਕਿਤੇ ਹੁਣ ਕਹਿ ਸਕਦੇ ਹਾਂ ਵੀ ਬੰਦ ਬਿਸਕੁਟ ਤੋਂ ਲੈ ਕੇ ਚਾਹ ਪਾਣੀ ਤੋਂ ਲੈ ਕੇ ਸਕੂਲ ਵੱਲੋਂ ਵੀ ਪੁਖਤਾ ਇੰਤਜ਼ਾਮ, ਪ੍ਰਸ਼ਾਸਨ ਵੱਲੋਂ ਵੀ ਪੁਖਤਾ ਇੰਤਜ਼ਾਮ, ਅਤੇ ਕਿਤੇ ਨਾ ਕਿਤੇ ਸਰਕਾਰ ਵੱਲੋਂ ਆਪਣੀ ਬਣਦੀ ਹੋਈ ਜੋ ਜ਼ਿੰਮੇਦਾਰੀ ਹੈ ਉਹ ਨਿਭਾਈ ਜਾ ਰਹੀ ਹੈ, ਚਾਹੇ ਉਹ ਕਿਸੇ ਦੇ ਸਮਰਥਨ ਦੇ ਨਾਲ, ਕਿਸੇ ਦੇ ਸਹਿਯੋਗ ਦੇ ਨਾਲ, ਚਾਹੇ ਕੁਛ ਦਾਨੀ ਸੱਜਣ ਜਾਂ ਹੋਰ ਲੋਕ ਜਿਹਨਾਂ ਵੱਲੋਂ ਰੋਟੀ ਸਬਜ਼ੀ ਆ ਰਹੀ ਹੈ, ਪਰ ਰਲ ਮਿਲ ਕੇ ਕਿਤੇ ਨਾ ਕਿਤੇ ਇਸ ਆਪਦਾ 'ਚ, ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਜਿਹੜੇ ਝੁੱਗੀ ਵਾਲੇ ਲੋਕ ਨੇ ਜਿਹੜੇ ਪਾਣੀ ਕਰਕੇ ਆਪਣੀ ਜਗ੍ਹਾ ਤੋਂ ਹਟ ਗਏ ਹੈ, ਅਤੇ ਹੁਣ ਰਾਤ ਕੱਟਣ ਵਾਸਤੇ ਉਹਨਾਂ ਲਈ ਪੁਖਤਾ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਹੈ। ਕੈਮਰਾਮੈਨ ਹਰਜੀਤ ਸਿੰਘ ਦੇ ਨਾਲ ਨਾਫਪ੍ਰੀਤ ਸਿੰਘ ਬੇਦੀ, ਲੁਧਿਆਣਾ ਲਾਈਵ ਨਿਊਜ਼।